ਹੋਰ ਬਾਬੇ ਕੀ ਹਾਲ ਆ ਮੈਂ ਤੁਹਾਡਾ ਸਿਮਰਨਜੀਤ ਸਿੰਘ ਆਪਣਾ ਤੀਸਰਾ ਵਲੌਗ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਅਤੇ ਅੱਜ ਗਰਮੀ ਬੜੀ ਹੋ ਗਈ ਆ ਅਤੇ ਜਿਵੇਂ ਆਪਾਂ ਪਿੰਡ ਦੇ ਵਿੱਚ ਨਹਿਰ 'ਤੇ ਨਹਾਉਣ ਦਾ ਪ੍ਰੋਗਰਾਮ ਬਣਾ ਲੈਂਦੇ ਸੀਗੇ ਉਵੇਂ ਇੱਥੇ ਸਾਰਿਆਂ ਨਾਲ ਰਲ ਗਿਆ ਅਤੇ ਬੀਚ ਦਾ ਪ੍ਰੋਗਰਾਮ ਬਣਾਇਆ ਅਤੇ ਹੁਣ ਬੀਚ 'ਤੇ ਚੱਲੇ ਹਾਂ ਨਹਾਉਣਾ ਨਾਲੇ ਕਾ ਦੋ ਮੁੰਡੇ ਨਵੇਂ ਆਏ ਆ ਮੁਕਤਸਰ ਤੋਂ ਨਾਲੇ ਇਹ ਕਹਿੰਦੇ ਵੀ ਅਸੀਂ ਬੀਚ ਵੇਖ ਕੇ ਆਉਣੀ ਆ ਅਤੇ ਬਾਬੇ ਜਿਹੜੇ ਰਾਹ ਥਾਣੀ ਆਪਾਂ ਜਾਂਦੇ ਹਾਂ ਨਾ ਬੀਚ ਨੂੰ ਉਹ ਰਾਹ ਦੇ ਵਿੱਚ ਆ ਦੇਖੋ ਅਰਬੀਆਂ ਦੇ ਪੁਰਾਣੇ ਘਰ ਪੈਂਦੇ ਆ ਆ ਵਾ ਇਹਨਾਂ ਦੀ ਅਰਬੀਆਂ ਦੀ ਪੁਰਾਣੀ ਮਸਜਿਦ ਅਤੇ ਬਾਬੇ ਇਹ ਪੁਰਾਣੇ ਘਰ ਆ ਅਤੇ ਇੱਥੇ ਰਹਿੰਦਾ ਕੋਈ ਨਹੀਂ ਗਾ ਇੱਥੇ ਰਹਿੰਦਾ ਕੋਈ ਨਹੀਂ ਗਾ ਪਰ ਇਹਨਾਂ ਨੇ ਢਾਏ ਨਹੀਂ ਆਪਣੀ ਪੁਰਾਣੀ ਵਿਰਾਸਤ ਸਾਂਭ ਕੇ ਰੱਖੀ ਆ ਇਹਨਾਂ ਨੇ ਕਿਉਂ ਸਾਂਭ ਕੇ ਰੱਖੀ ਆ ਤਾਂ ਕਿ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਦਿਖਾ ਸਕਣ ਵੀ ਅਸੀਂ ਕਿਵੇਂ ਰਹਿੰਦੇ ਸੀਗੇ ਕਿਹੋ ਜਿਹੇ ਆਪਣੇ ਪੁਰਾਣੇ ਘਰ ਹੁੰਦੇ ਸੀਗੇ ਅਤੇ ਇੱਕ ਆਪਣੇ ਵਾਲਿਆਂ ਨੂੰ ਵੇਖ ਲਓ ਬਾਬਿਓ ਆਪਣੀਆਂ ਵਿਰਾਸਤਾਂ ਹੀ ਢਾਉਣ ਨੂੰ ਬੈਠੇ ਆ ਕਿ ਤਾਂ ਕਿ ਕੋਈ ਆਉਣ ਵਾਲੀ ਪੀੜ੍ਹੀ ਕੋਲ ਸਿੱਖ ਨਾ ਲਵੇ ਉਹਨਾਂ ਨੂੰ ਪਤਾ ਨਾ ਲੱਗ ਜਾਵੇ ਆਪਣੇ ਇਤਿਹਾਸ ਬਾਰੇ ਇਹਦੇ ਰਹਿੰਦਾ ਕੋਈ ਨਹੀਂ ਗਾ ਇੱਕ ਛੋਟਾ ਜਿਹਾ ਪਿੰਡ ਆ ਕਸਬਾ ਕਹਿ ਸਕਦੇ ਆਪਾਂ ਬਿਲਕੁਲ ਨਹੀਂ ਢਾਇਆ ਇਹਨਾਂ ਨੇ ਆਪਣਾ ਸਾਂਭ ਕੇ ਰੱਖਿਆ ਮੈਨੂੰ ਇੱਥੇ ਹੋ ਚੱਲੇ ਆ 4-5 ਮਹੀਨੇ ਫਸਲ ਖੇਮੇ 'ਚ ਰਹਿੰਦੇ ਹਾਂ ਆਲਮਰਾ ਸ਼ਹਿਰ ਆ ਅਤੇ ਜਜ਼ੀਰਾ ਪਿੰਡ ਆ ਇੱਥੇ ਲਾਈਸੈਂਸ ਬਣਾਉਣ ਆਏ ਚੱਲਦੇ ਆ ਵੀ ਲਾਈਸੈਂਸ ਬਣਾਉਣ ਆਏ ਆ ਇੱਕ ਨੂੰ 8 ਮਹੀਨੇ ਹੋ ਗਏ ਆ ਅਤੇ ਮੈਨੂੰ 4-5 ਮਹੀਨੇ ਹੋ ਗਏ ਆ ਦੋ ਨਵੇਂ ਮੁੰਡੇ ਆਏ ਆ ਅਸੀਂ ਇਹਨਾਂ ਦੀ ਹਾਂ ਸਲਵਿੰਦਰ ਜੀ ਲੱਗ ਗਿਆ ਤੇਰਾ ਚੱਲ ਸਹੀ ਆ ਹਾਂ ਪਾ ਲਿਆ ਮੌਜਾਂ ਦੁਬਈ ਦੀਆਂ ਕਹਿੰਦਾ ਧੁੱਪੇ ਬਹਿ ਕੇ ਲਈ ਦੀਆਂ ਆ ਦੇਖੋ ਆ ਕਿੰਨਾ ਸੋਹਣਾ ਨਜ਼ਾਰਾ ਹੋਇਆ ਪਿਆ ਸੀਨ ਕਿੰਨਾ ਘੈਂਟ ਨਹਿਰ ਚ ਨਹਾਉਣ ਚਲ ਗਏ ਤੇ ਛੋਟਾ ਹੀ ਹੁੰਦਾ ਸੀਗਾ ਮੈਨੂੰ ਨਾ ਭਰਾਵਾ ਨਾਲ ਦੇ ਮੇਰੇ ਮੁੰਡੇ ਵੱਡੇ ਸੀਗੇ ਉਹਨਾਂ ਨੇ ਨਾ ਮੈਨੂੰ ਨਹਿਰ ਦੇ ਕਿਨਾਰੇ ਨਾਲ ਨਾ ਮੈਨੂੰ ਸਾਫਾ ਕਰਨਾ ਬਣਤਾ ਵੀ ਚੱਲ ਤੂੰ ਪਰਨੇ ਨਾਲ ਨਮਾਈਆ ਤੇ ਭਰਾਵਾ 10 ਕੁ ਮਿੰਟ ਹੋ ਗਏ 10 ਮਿੰਟ ਬਹਾਨਾ ਪਰਨੇ ਦੀ ਕੰਢ ਖੁੱਲ ਗਈ ਮੈਂ ਗਾਂਹ ਰਹਿ ਗਿਆ ਮੈਂ ਉਹ ਭਰਾਵਾ 4-5 ਜਾਣੇ ਸੀਗੇ ਦੇ ਇੱਕ ਨੇ ਛਾਲ ਦੇ ਦੂਸਰੇ ਨੇ ਛਾਲ ਬੀਚ ਦਾ ਕਿਆ ਬਾਤ ਆ ਬਾਪੂ ਤੇਰੇ 5.5 ਲੱਖ ਲਾਏ ਦਾ ਮੁੱਲ ਪੈ ਗਿਆ ਸਹੀ ਗੱਲ ਆ ਮੁੱਲ ਪੈ ਗਿਆ ਬਾਪੂ ਤੇਰਾ ਉਹ ਨਹੀਂ ਪਰ ਊ ਵੀ ਨਾ ਜਿਉਂ ਜਿਉਂ ਪੰਜਾਬ 'ਚ ਹੁਣ ਗਤੀਵਿਧੀਆਂ ਹੋਈ ਜਾਂਦੀਆਂ ਨਾ ਜਿੰਨਾ ਮਾਹੌਲ ਖਰਾਬ ਹੋਇਆ ਪਿਆ
ਬਈ ਆਪਾਂ ਤਾਂ ਇਹੀ ਕਹਿੰਦੇ ਹਾਂ ਵੀ ਜੇ ਵੀ ਕੰਟਰੀ ਨਾ ਵੇਖੋ ਕੋਈ ਛੋਟੀ ਆ ਕੋਈ ਵੱਡੀ ਆ, ਜਿੱਥੇ ਆਪਦਾ ਜਵਾਕ ਕੱਢ ਸਕਦੇ ਆ ਕੱਢੋ, ਜੇ ਆਪਦੇ ਜਵਾਕ ਦਾ ਤੁਸੀਂ ਫਿਊਚਰ ਸਿਕਿਓਰ ਕਰਨਾ ਚਾਹੁੰਦੇ। ਬਿਲਕੁਲ ਆ ਇਹ ਨਵੇਂ ਕੱਲ੍ਹ ਆਏ ਆ ਸ਼ਾਰਜ ਏਅਰਪੋਰਟ 'ਤੇ ਉਤਰੇ ਸੀਗੇ, ਅਸੀਂ ਵੀ ਸ਼ਾਰਜ ਹੀ ਉਤਰੇ ਸੀਗੇ। ਹਾਂਜੀ ਸਰ। ਹਾਂਜੀ ਮਹਾਰਾਜ। ਸਰ ਤੋਂ ਕੁਛ ਚੇਤੇ ਆਉਂਦਾ? ਬਹੁਤ ਕੁਛ ਬਹੁਤ ਕੁਛ ਵੀਰ, ਦੁਬਈ ਨੇ ਸਿਖਾ ਦਿੱਤਾ ਸਾਰਾ ਕੁਝ। ਘਰ ਨੂੰ ਵਾਪਸ ਚੱਲੇ ਹਾਂ, ਭੁੱਖ ਬੜੀ ਲੱਗੀ ਆ, ਦਾਲ ਬਣਾਈਆਂ ਅਤੇ ਹੁਣ ਰੋਟੀ ਪਾਣੀ ਖਾਵਾਂਗੇ ਜਾ ਕੇ ਘਰੇ, ਅਤੇ ਨਾਲੇ ਫਿਰ ਘਰਦਿਆਂ ਨਾਲ ਦੋ ਤਿੰਨ ਮਿੰਟ ਗੱਲਾਂ ਕਰਾਂਗੇ, ਘਰਦਿਆਂ ਨਾਲ ਗੱਲਾਂ ਕਰਾਂਗੇ ਅਤੇ ਫਿਰ ਸੌਵਾਂਗੇ। ਬਾਕੀ ਤੁਸੀਂ ਧਿਆਨ ਰੱਖਿਓ ਆਪਦਾ, ਸਬਸਕ੍ਰਾਈਬ ਕਰੋ ਚੈਨਲ ਆਪਣਾ, ਅਤੇ ਵੱਧ ਤੋਂ ਵੱਧ ਸਪੋਰਟ ਕਰੋ ਆਪਦੇ ਭਰਾ ਨੂੰ, ਅਤੇ ਨੈਕਸਟ ਵਲੌਗ ਪੰਜਾਬ ਟੂ ਅਰਬ ਲੈ ਕੇ ਆਵਾਂਗੇ, ਕੋਈ ਵਧੀਆ ਲੈ ਕੇ ਆਵਾਂਗੇ ਤੁਹਾਡੇ ਲਈ। ਧੰਨਵਾਦ।